लो वीरो बाई खड़े ने अपने को सोहने सरदार मुंडे बाइयों के गलबात करा बी सत श्रीकाल जी सत्या बी कितों है वीरे बी जी पिंड समाऊ है जिला मानसा जिला मानसा समाऊ तो शो वास्ते लेंदे भाई जान भाई जी ये शो कर रहे हैं मैं चाओ चाओ नू दी चाओ चाओ है चाओ चाओ दी चाओ चाओ वीरे इस तो पहला ने चार शो विनर है लाइनअप दे विच भी दोने रिंगा दे विच फर्स्ट आई हुई है दी अच्छा अच्छा अपना पिछे पटियाला शो होया सी जेड़ा ए फीमेल है ए फीमेल है जी हां फीमेल चाओ चाओ है जी ते अज इथे शो च पाया है जी सर ठीक किस तरह लग रहा हैगा वधिया लगदा है जी जदों मान लो अपने कोल चीज हुंदी है जी ते शो करदे आं ते वीरे एक तरह दा ना मान लो नशा ही हुंदा है भी छड्ड नहीं सकदे शो ਕਿੰਨੇ ਕੁ ਟਾਈਮ ਤੋਂ ਆ ਵੀਰ ਆਪਣੇ ਕੋਲ ਇਹ ਚੀਜ਼ ਦਾ ਮੈਂ ਇਹਨੂੰ ਸ਼ੋਅ ਕੀਤੇ ਹੁੰਦਾ ਲਈ ਫਿਲਹਾਲ ਮੰਨ ਲਓ ਵੀ ਪੰਜਵਾਂ ਸ਼ੋਅ ਹੈ ਇਹਦਾ ਅੱਛਾ ਇਸ ਤੋਂ ਪਹਿਲਾਂ ਚਾਰ ਸ਼ੋਅ ਲਾਏ ਨੇ ਚਾਰੇ ਵਿਨਰ ਆ ਜੀ ਇਹ ਚਾਰ ਵਿਨਰ ਹਾਂ ਕੀ ਕੀ ਪੋਜੀਸ਼ਨ ਤੇ ਬਾਈ ਜੀ ਪਟਿਆਲੇ ਦੇ ਵਿੱਚ ਇਹਨੂੰ ਦੋਨੇ ਸਾਈਡ ਤੋਂ ਪਹਿਲਾਂ ਬੀਓ ਵੀ ਮਿਲੀ ਆ ਦੋਨੇ ਰਿੰਗਾਂ 'ਚ ਫਿਰ ਦੋਨੇ ਗਰੁੱਪਾਂ 'ਚ ਫਸਟ ਆ ਦੋਨੇ ਰਿੰਗ ਦੇ ਵਿੱਚ ਇਹ ਜੀ ਜੀ ਅਤੇ ਦੋਨੇ ਸਾਈਡ ਹੀ ਲਾਈਨਅਪ 'ਚ ਫਸਟ ਹੈ ਜੀ ਠੀਕ ਹੈ ਅਤੇ ਬੱਚੇ ਵਗੈਰਾ ਵੀ ਲੈ ਆਉਣੇ ਤੁਸੀਂ ਤੋਂ ਫਿਰ ਨਹੀਂ ਅਜੇ ਛੋਟੀ ਆ ਜੀ ਅਜੇ ਇਹ ਤਾਂ ਅਜੇ 6 ਮਹੀਨਿਆਂ ਦੀ ਆ ਜੀ ਅੱਛਾ ਬਟ ਇਹਦੇ ਨਾਲ ਦੇ ਬੱਚੇ ਆਪਣੇ ਕੋਲ ਹੈਗੇ ਨੇ ਜੀ ਮਤਲਬ ਹਲੇ ਕਾਫੀ ਗਰੋਥ ਕਰੂਗੇ ਹਾਂਜੀ ਅਜੇ ਛੋਟੀ ਆ ਜੀ ਅਜੇ ਸਿਰਫ 6 ਮਹੀਨਿਆਂ ਦੀ ਆ ਜੀ ਠੀਕ ਹੈ ਕਿੰਨੇ ਕੁ ਬਾਈ ਜੀ ਆਪਣੇ ਕੋਲ ਇਸ ਤਰ੍ਹਾਂ ਦੇ ਕੁੱਤੇ ਵਗੈਰਾ ਫੀਮੇਲ ਵਗੈਰਾ ਆਪਣੇ ਕੋਲ ਇਹਦੇ ਨਾਲ ਦੇ ਮੇਰੇ ਕੋਲ 8 ਫੀਮੇਲਾਂ ਨੇ ਜੀ ਹਾਂਜੀ ਤੇ 2 ਮੇਲ ਨੇ ਜੀ ਆਪਣੇ ਕੋਲ ਠੀਕ ਹੈ ਠੀਕ ਹੈ ਜੀ ਤੇ ਬਰੀਡਿੰਗ ਮੇਰੇ ਕੋਲੇ ਖਾਸ ਚਾਓ ਚਾਓ ਦੀ ਆ ਜੀ ਤੇ ਹਸਕੀ ਤੇ ਨਾਲ ਫ੍ਰੈਂਚ ਦਾ ਵੀ ਕੰਮ ਹੈ ਜੀ ਠੀਕ ਹੈ ਬਾਈ ਜੀ ਕੰਮ ਵਧੀਆ ਚੱਲ ਰਿਹਾ ਤੁਹਾਡਾ ਬਹੁਤ ਵਧੀਆ ਜੀ ਮਹਾਰਾਜ ਦੀ ਕਿਰਪਾ ਜੀ ਕੀ ਬਾਤ ਹੈ ਤੇ ਇਸ ਤੋਂ ਇਲਾਵਾ ਕੁਝ ਹੋਰ ਵੀ ਹੈ ਆਪਣੇ ਕੋਲੇ ਇਸ ਤੋਂ ਇਲਾਵਾ ਵੀਰੇ ਹਸਕੀ ਨੇ ਜੀ ਉਹ ਇੱਥੇ ਨਹੀਂ ਲੈ ਕੇ ਸ਼ੋਅ ਨਹੀਂ ਕਰਦੇ ਉਹਨਾਂ ਨੂੰ ਅੱਛਾ ਅੱਛਾ ਬਟ ਐਜ਼ ਏ ਮਤਲਬ ਬਰੀਡਿੰਗ ਲਈ ਰੱਖੇ ਹੋਏ ਆ ਜੀ ਆਪਾਂ ਬਰੀਡਿੰਗ ਲਈ ਰੱਖੇ ਹੋਏ ਆ ਜਿਵੇਂ ਆਪਾਂ ਗੱਲ ਕਰੀਏ ਇਹ ਫੀਮੇਲ ਆ ਗਈ ਹੈ ਚਲੋ ਇਹ ਇਹ ਬੱਚੇ ਆ ਗਏ ਜੇ ਆਹ ਨਸਲ ਦੇ ਆਪਣੇ ਕੋਲੇ ਨਾ ਵੀ ਕਿੰਨੀ ਕੁ ਰੇਟ ਦੇ ਵਿੱਚ ਜਾਂਦੇ ਨੇ ਜਾਂ ਮਹੀਨੇ ਦੇ ਬਾਈ ਜੀ ਮੇਰੇ ਕੋਲ ਜਿਹੜੀ ਕੁਆਲਿਟੀ ਆ ਸਟਾਰਟ ਆ ਜੀ 50,000 ਰੁਪਏ ਤੋਂ ਜੀ 50,000 ਛੋਟਾ ਬੱਚਾ ਛੋਟਾ ਬੱਚਾ ਜੀ ਮੰਨ ਲਓ 45 ਦਿਨਾਂ ਤੋਂ ਉੱਪਰ 50 ਦਿਨਾਂ ਦਾ ਬੱਚਾ ਦਿੰਦੇ ਆਪਾਂ ਅੱਛਾ ਉਸ ਤੋਂ ਛੋਟਾ ਵੀਰੇ ਅਲਾਊਡ ਹੀ ਨਹੀਂ ਹੈਗਾ ਆਪਾਂ ਨੂੰ ਦੇਣਾ ਤੇ ਆਪਾਂ ਦਿੰਦੇ ਵੀ ਨਹੀਂ ਹੈ ਨਹੀਂ ਠੀਕ ਹੈ ਹਨਾ ਜੀ ਕਿਉਂਕਿ ਰਿਸਕ ਵਾਲਾ ਕੰਮ ਨਹੀਂ ਹੁੰਦਾ ਜੀ ਸਹੀ ਗੱਲ ਹੈ ਤੇ ਵੀਰੇ ਮੰਨ ਲਓ 50,000 ਤੋਂ ਸਟਾਰਟ ਹੋ ਗਏ 2.5 ਲੱਖ ਰੁਪਏ ਤੱਕ ਦਾ ਬੱਚਾ ਪਿਆ ਆਪਣੇ ਕੋਲ ਤੇ ਮੰਨ ਲਓ ਉਹ ਆਪਣਾ ਇਹ ਵੀ ਆਪਾਂ ਸ਼ੋਅ ਕੁਆਲਿਟੀ ਲੈਣੀ ਹੈ ਜਾਂ ਜਿੱਦਾਂ ਦਾ ਲੈਣਾ ਹੈ ਹਨਾ ਵੀਡੀਓ ਪਰਪਸ ਲਈ ਲੈਣਾ ਹੈ ਜਾਂ ਸ਼ੋਅ ਪਰਪਸ ਲਈ ਲੈਣਾ ਹੈ ਠੀਕ ਹੈ ਬਾਈ ਜੀ ਠੀਕ ਹੈ ਬਾਈ ਜੀ ਬਹੁਤ ਵਧੀਆ ਲੱਗਿਆ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਥੈਂਕ ਯੂ ਜੀ ਨਾਈਸ ਟੂ ਮੀਟ ਲੋ ਵੀਰਿਓ ਤੇ ਇੱਧਰਲੇ ਬੰਨੇ ਵੀ ਦਿਖਾਉਣਾਂਗੇ ਬਾਈਆਂ ਦੇ ਤੇ ਦਿਖਾਉਣਾਂਗੇ ਬਹੁਤ ਬੜਾ ਡਾਊਗਾ ਯਾਰ ਡਰ ਲੱਗੀ ਜਾਂਦਾ ਤੇ ਬਾਈ ਜੀ ਵੜਦਾ ਤਾਂ ਨਹੀਂਗਾ ਆ ਜੀ ਇੱਧਰ ਅੱਛਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕਿਹੜਾ ਪਿੰਡ ਹੈ ਬਾਈ ਜੀ ਆਪਣਾ ਹੀ ਸਮਾਣਾ ਏਰੀਆ ਸਮਾਣਾ ਏਰੀਆ ਕੀ ਨਾਮ ਬਾਈ ਦਾ ਪਰਮਿੰਦਰ ਸਿੰਘ ਜੀ ਪਿੰਡ ਕਿਹੜਾ ਪਿੰਡ ਸੌਂਦੇਵਾਲ ਜੀ ਬੱਖਰਵਾਲ ਦਾ ਕਹਿੰਦੇ ਸੌਂਦੇਵਾਲ ਸੌਂਦੇਵਾਲ ਰਾਜਗੜ੍ਹ ਸੌਂਦੇਵਾਲ ਰਾਜਗੜ੍ਹ ਸੌਂਦੇਵਾਲ ਠੀਕ ਹੈ ਬਾਈ ਜੀ ਤੇ ਹਿਮਾਲੀਅਨ ਸ਼ੀਪ ਡੌਗ ਜੀ ਗੱਦੀ ਠੀਕ ਹੈ ਜੀ ਹਾਂਜੀ ਪੰਜ ਟਾਈਮ ਵਿਨਰ ਰਹਿ ਚੁੱਕੇ ਪੰਜ ਡੌਗ ਸ਼ੋ ਵਿਨਰ ਹੈ ਜੀ ਕੁੱਤਾ ਠੀਕ ਹੈ ਬਾਈ ਖਾਸੀ ਉਮਰ ਦਾ ਲੱਗ ਰਿਹਾ ਨਾ ਨਹੀਂ ਇਹ ਰਾਂਗੀ ਚੱਟਾ ਤਾਂ ਇਦਾਂ ਲੱਗਦਾ ਤਾਂ ਗਰੋਥ ਵਧੀਆ ਯਾਰ ਗਰੋਥ ਵੀ ਬਾਈ ਸਭ ਤੋਂ ਵੱਡੀ ਗੱਲ ਬੌਨਸ ਹੈ ਜੇ ਬਾਈਟ ਸਭ ਕੁਝ ਓਕਿਆ ਮਤਲਬ ਸ਼ੋ ਕੁਆਲਿਟੀ ਟਾਈਪ ਦਾ ਡੌਗ ਆ ਅੱਛਾ ਹਾਂਜੀ ਤੇ ਇਹ ਤੋਂ ਇਲਾਵਾ ਬਾਈ ਜੀ ਜਿਵੇਂ ਕਿ ਇਹਦੇ ਬੱਚੇ ਇਨ ਫਿਊਚਰ ਜੇ ਆਪਾਂ ਸ਼ੋ ਚਲਾਉਣਾ ਚਾਹੁੰਦੇ ਹਾਂ ਸ਼ੋ ਚ ਲੱਗਣਗੇ ਕੇਸੀ ਰਜਿਸਟਰਡ ਵੀ ਆ ਪਲੱਸ ਯੂਕੇਸੀ ਰਜਿਸਟਰਡ ਅੱਛਾ ਅੱਛਾ ਹਾਂਜੀ ਕਿੰਨੇ ਕੁ ਟਾਈਮ ਤੋਂ ਕਰਦੇ ਹੋ ਬਾਈ ਜੀ ਇਹਦਾ ਬਾਈ ਆਪਾਂ 4 ਸਾਲ ਹੋ ਗਏ 4 ਸਾਲ ਹੋ ਗਏ ਹਾਂਜੀ ਕੀ ਵਾਸਤੇ ਲਿਆਂਦੇ ਆ ਜੀ ਉਹ ਸਾਡੇ ਚੈਨਲ ਦਾ ਸਾਰਾ ਬਾਇਓ ਡਾਟਾ ਜੀ ਠੀਕ ਹੈ ਜੀ ਤੁਸੀਂ ਜੂਮ ਕਰਕੇ ਦੇਖ ਸਕਦੇ ਹੋ ਲਓ ਬਾਈ ਦਿਖਾ ਦੇ ਤਰੇ ਹਮ ਉੱਤੇ ਕੀ ਨਾਮ ਹੈ ਆਪਣੇ ਚੈਨਲ ਦਾ ਬੱਕਰਵਾਲ ਡੌਗ ਚੈਨਲ ਜੀ ਫੋਨ ਨੰਬਰ ਪਲੱਸ ਇੰਸਟਾਗ੍ਰam ਯੂਟਿਊਬ ਸਾਰੇ ਪੇਜ ਨੇ ਬਾਈ ਕੀ ਬਾਤ ਹੈ ਬਾਈ ਜੀ ਤੇ ਇਹਦੇ ਬਾਰੇ ਹੋਰ ਕੀ ਕਹਿਣਾ ਚਾਹੁੰਗੇ ਵੀ ਰਿਜ਼ਲਟ ਕਿਸ ਤਰ੍ਹਾਂ ਦਾ ਰਿਜ਼ਲਟ ਬਹੁਤ ਵਧੀਆ ਇੰਡੀਅਨ ਬਰੀਡ ਆ ਬਾਈ ਇਸ ਹਾਲਤ ਸਭ ਤੋਂ ਪਹਿਲਾਂ ਇਹੀ ਕਹਿਣਾ ਚਾਹੁੰਦੇ ਆ ਵੀ ਅੰਗਰੇਜ਼ੀ ਬਰੀਡਾਂ ਨੂੰ ਛੱਡ ਕੇ ਇੱਕ ਵਾਰੀ ਇਹਨਾਂ ਕਿੰਨੀ ਹੋ ਕੇ ਦੇਖੋ ਇੰਡੀਅਨ ਬਰੀਡ ਆ ਬਾਈ ਜੀ ਇਹ ਬਿਲਕੁਲ ਇੰਡੀਅਨ ਬਰੀਡ ਆ ਤੇ ਬੜੇ ਆਰਾਮ ਨਾਲ ਰਹਿੰਦੇ ਨੇ ਤੇ ਆਪਦੀ ਆਈ ਤੇ ਕਿਸੇ ਨੂੰ ਛੱਡਦੇ ਨਹੀਂ ਤੁਹਾਡੇ ਸਾਹਮਣੇ ਆਉਂ ਭਗਦੇ ਨਹੀਂ ਅੱਛਾ ਤੇ ਇਹਨਾਂ ਵਰਗੀ ਕੋਈ ਹੋਰ ਨਸਲ ਹੈ ਹੀ ਨਹੀਂ ਕਹਿਣ ਦੀਆਂ ਗੱਲਾਂ ਨੇ ਬਾਕੀ ਤਾਂ ਲੱਤਾਂ ਵੀ ਬਈ ਇਹਦੇ ਸ਼ੇਰ ਵਰਗੀਆਂ ਨੇ ਯਾਰ ਬਸ ਬਈ ਸਭ ਕੁਝ ਹੀ ਓਕੇ ਆ ਲੈ ਮੈਂ ਤਾਂ ਲਾਇਆ ਯਾਰ ਹਨਾ ਵੀ ਆਪਣੀ ਇੰਡੀਅਨ ਬਰੀਡ ਮੈਂ ਤਾਂ ਸੋਚਿਆ ਨਹੀਂ ਜੀ ਮੈਂ ਤਾਂ ਸੀ ਬਈ ਕਿਤੇ ਬਾਹਰਲਾ ਬੂਰ ਲਈ ਨਹੀਂ ਬਈ ਇੰਡੀਅਨ ਹਿਮਾਲੀਅਨ ਬਰੀਡ ਆ ਇਹ ਤੇ ਸਭ ਤੋਂ ਵੱਡੀ ਗੱਲ ਇੰਡੀਆ ਦੇ ਕਲਾਈਮੇਟ ਦੇ ਵਿੱਚ ਬਹੁਤ ਸੌਖੀ ਹੁੰਦੀ ਹੈ ਠੀਕ ਹੈ ਐਡਜਸਟ ਹੁੰਦੀ ਹੈ ਕੀ ਬਾਤ ਹੈ ਜੀ ਹੈ ਲੈ ਵੀ ਤਰਸੇਮ ਬਾਈ ਇੱਕ ਵਾਰ ਆਪਾਂ ਨੂੰ ਤੋਰ ਕੇ ਦਿਖਾਣਾ ਯਾਰ ਬਈ ਸੌਰੀ ਇਹ ਕਿਉਂਕਿ ਰਿਪਰੈਜ਼ੈਂਟ ਕਰਨਾ ਥੱਕ ਜਾਣਾ ਜੇ ਅਸੀਂ ਤੋਰ ਲੱਗੇ ਨੇ ਫਿਰ ਇਹਨੇ ਸ਼ੋਅ ਚ ਅੱਜ ਵੀਰ ਜੀ ਕਿੰਨੇ ਕੁ ਸ਼ੋਅ ਆਪਾਂ ਜਿੱਤ ਚੁੱਕੇ ਹਾਂਗੇ ਪੰਜ ਡੌਗ ਸ਼ੋਅ ਲੈਣੇ ਪੰਜਾਂ ਚ ਆਪਣੇ ਵਾਲਾ ਫਸਟ ਹੈ ਜੀ ਫਸਟ ਹਾਂਜੀ ਅੱਜ ਵੀ ਇਥੋਂ ਫਿਰ ਕੀ ਲੱਗਦਾ ਦੇਖੋ ਉਹਦਾ ਦੇਖੋ ਰੱਬ ਆਸ ਰਿਹਾ ਜੀ ਆਪਾਂ ਉਮੀਦ ਪਹਿਲਾਂ ਨਹੀਂ ਰੱਖੀ ਦੀ ਹੈਗੀ ਆਪਦੀ 100% ਦੇਈਦਾ ਬਾਕੀ ਜੋ ਰੱਬ ਨੂੰ ਮਿਲ ਜੂ ਠੀਕ ਹੈ ਬਾਈ ਜੀ ਹਾਂਜੀ ਧੰਨਵਾਦ ਵੀਰੇ ਵੈਲਕਮ ਜੀ ਗੱਲਬਾਤ ਕੀਤੀ ਬਾਈ ਦੇ ਨਾਲ ਤੇ ਬਹੁਤ ਹੀ ਕਾਇਮ ਚੀਜ਼ ਤੇ ਇੰਡੀਅਨ ਬਰੀਡ ਲਓ ਵੀਰੋ ਆਪਾਂ ਤੁਹਾਨੂੰ ਹੋਰ ਦਿਖਾ ਰਹੇ ਹਾਂਗੇ ਸ਼ੇਰਾਂ ਵਰਗੇ ਕੁੱਤੇ ਨੇਗੇ ਦੇਖ ਕੇ ਲਵੇ ਖੜਨ ਤੋਂ ਵੀ ਡਰ ਲੱਗਦਾ ਹੈਗਾ ਮੈਂ ਤਰਸੇ ਮਾਲਾ ਵਾਲਾ ਫਿਰ ਕੇ ਦਿਖਾਈ ਬਾਈ ਯਾਰ ਮਾੜਾ ਜਿਹਾ
ਅਤੇ ਗੱਲਬਾਤ ਕਰਾਂਗੇ। ਪੈਰੀ ਵਾਲੇ ਬੜੇ ਬੜੇ ਨੇ ਜਿਵੇਂ ਮਤਲਬ ਕਿ ਸ਼ੇਰਾਂ ਵਰਗੇ, ਅਤੇ ਵਜਨ 'ਚ ਵੀ ਖਾਸੇ ਹੋਣਗੇ। ਬਾਈਆਂ ਦੇ ਨਾਲ ਗੱਲਬਾਤ ਕਰ ਲਵਾਂਗੇ, ਕੀ ਗੱਲਬਾਤ ਰਹੂਗੀ, ਕਿਹੜੀ ਨਸਲ ਲੱਗੀ ਆਪਾਂ ਨੂੰ ਪਤਾ ਨਹੀਂ ਲੱਗਦਾ, ਡਰ ਜਿਹਾ ਲੱਗੀ ਜਾਂਦਾ। ਅਤੇ ਸਾਈਡ 'ਤੇ ਗੱਲਬਾਤ ਕਰਦੇ ਹਾਂ ਬਾਈ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਬਾਈ ਜੀ? ਸੁਖਵਿੰਦਰ ਸਿੰਘ ਜੀ। ਕਿਹੜਾ ਪਿੰਡ ਹੈ? ਪਿੰਡ ਹਰਦਾਸਪੁਰਾ ਜੀ। ਜ਼ਿਲ੍ਹਾ ਕਿਹੜਾ ਪਿੰਡ? ਜ਼ਿਲ੍ਹਾ ਬਰਨਾਲਾ ਜੀ। ਜ਼ਿਲ੍ਹਾ ਬਰਨਾਲਾ, ਹਾਂਜੀ। ਕਿਹੜੀ ਬਰੀਡ ਹੈ ਬਾਈ ਜੀ ਇਹ? ਇਹ ਬਾਈ ਜੀ ਹਿਮਾਲਿਆਨ ਗੱਦੀ ਨੇ ਜੀ। ਅੱਛਾ, ਗੱਦੀ ਹਿਮਾਲਿਆਨ ਗੱਦੀ। ਇਹ 10 ਮਹੀਨੇ ਦੇ ਜੀ। ਕਿੰਨੇ? 10 ਮਹੀਨੇ ਦੇ। 10 ਮਹੀਨੇ ਦੇ? ਹਲੇ ਫਿਰ ਹੋਰ ਵੀ ਗਰੋਥ ਕਰਨਗੇ? ਹੋਰ ਵੀ ਕਰਨਗੇ। ਅੱਛਾ, ਕਮਾਲ ਦੀ ਗੱਲ ਹੈ। ਇਹ ਦੋਵੇਂ ਮਤਲਬ ਕਿ ਮੇਲ ਨੇ? ਇਹ ਦੋਨੇ ਮੇਲ ਆ, ਸਕੇ ਭਰਾ ਨੇ। ਸਕੇ ਭਰਾ ਨੇ ਗੇ, ਠੀਕ ਹੈ ਜੀ। 10 ਮਹੀਨੇ ਦੇ ਕਹਿ ਰਹੇ ਹੋ ਤੁਸੀਂ? ਹਾਂਜੀ, 10 ਮਹੀਨੇ ਦੇ। ਪੱਕੀ ਗੱਲ ਹੈ ਜੀ? ਪੱਕੀ ਆਈ ਆ, ਮੁੰਡੇ ਕੋਲੇ ਆ, ਦੇਖ ਕੇ ਗਏ ਨੇ, ਇਹਨਾਂ ਨੂੰ ਪੁੱਛ ਲਓ, ਇਹ ਹਰਿਆਣੇ ਤੋਂ ਨੇ ਜੀ। ਅੱਛਾ ਅੱਛਾ, ਹਾਂਜੀ ਹਾਂ। ਇਹ ਅੱਜ ਆਪਾਂ ਦੇਖ ਕੇ ਗਏ, ਫਿਰ ਅੱਜ ਆਪਾਂ ਸ਼ੋਅ 'ਚ ਪਾਉਣੇ ਨੇ ਇਹ? ਨਹੀਂ, ਵੈਸੇ ਇਹ ਤਾਂ ਲਿਆਂਦੇ ਤਾਂ ਕੱਢੇ ਨਹੀਂ ਜੀ ਕਦੇ। ਅੱਛਾ ਅੱਛਾ, ਕਿੰਨੇ ਕਿੰਨੇ? ਇਹ ਨਾਲ ਦੇ ਸਾਡੇ ਕੋਲ 6 ਨੇ। 6 ਨੇ? ਖੁਰਾਕ ਬਾਈ ਜੀ ਤਾਂ ਫਿਰ ਇੱਕ ਜਣਾ ਖਾਸੀ ਖਾ ਜਾਂਦਾ? ਨਹੀਂ ਬਾਈ, ਖੁਰਾਕ ਇਹਨਾਂ 'ਚ ਕੋਈ ਨਹੀਂ ਹੈ। ਅੱਛਾ, ਇਹ ਤਾਂ ਹਾਂ, ਠੀਕ ਹੈ ਜਾਂ ਫਿਰ ਉਦਾਂ ਹੀ ਲੱਗ ਰਿਹਾਗਾ? ਨਹੀਂ, ਵਾਲ ਖਾਸੇ ਲੱਗ ਰਹੇ। ਹਾਂਜੀ ਹਾਂ। ਅੱਛਾ ਅੱਛਾ, ਕਮਾਲ। ਇਹ ਗੱਦੀ ਹੈ ਜੀ? ਇੱਕ ਵਾਰ ਤੋਰ ਕੇ ਦਿਖਾ ਦਿੰਗੇ ਬਾਈ, ਕੋਈ ਦਿੱਕਤ ਤਾਂ ਨਹੀਂ? ਨਹੀਂ ਨਹੀਂ, ਕੋਈ ਨਹੀਂ। ਲੈ ਬਾਈ, ਤੋਰ ਕੇ ਦਿਖਾਉਣਾਂਗੇ। ਲਓ ਵੀਰੋ, ਦੇਖ ਸਕਦੇ ਹੋਗੇ ਗੱਦੀ, ਗੱਦੀ ਕਿਹਾ ਬਾਈ ਜੀ ਨੇ। ਅਤੇ ਧੰਨਵਾਦ ਕਰਦੇ ਹਾਂ ਜੀ। ਬੜੇ ਬੜੇ ਪੈਰ ਨੇ ਜੀ, 10 ਮਹੀਨਿਆਂ ਦੇ। ਘਰੇ ਵੀ ਹੋਰ ਵੀ ਨੇ ਇਹਦੇ ਨਾਲ ਦੇ ਜੀ? ਅੱਛਾ, ਠੀਕ ਹੈ। ਇਹ ਵੱਢਦੇ ਤਾਂ ਨਹੀਂ ਜਿਵੇਂ ਮੇਰੇ ਵਰਗਾ ਲਵੇ ਫਿਰਦਾ? ਨਹੀਂ, ਹਲੇ ਬੱਚੇ ਨੇ, ਫਿਰ ਵੱਡੇ ਹੁਣ ਤਾਂ ਵੱਢਦੇ ਨਹੀਂ। ਅੱਛਾ ਅੱਛਾ, ਬਾਹਰਲੇ ਨੂੰ ਵੱਢਦੇ, ਘਰੇ ਨਹੀਂ ਕੁਛ ਕਹਿੰਦੇ? ਘਰੇ ਤਾਂ ਉੱਪਰ ਆਇਆ ਕਰਦੇ ਹੁੰਦੇ ਜਿਹੜਾ ਕੋਈ ਉੱਪਰ ਆਉਂਦਾ? ਹਾਂ, ਉਹਨੂੰ ਕੋਈ ਤਾਂ ਵੱਢਣਗੇ। ਅੱਛਾ ਅੱਛਾ, ਅੱਜ ਉਰੇ ਤਾਂ ਦੇਖੋ ਆਰਾਮ ਨਾਲ ਖੜੇ ਨੇ ਨਾ? ਹਾਂ ਜੀ ਹਾਂ, ਭੌਂਕ ਵੀ ਨਹੀਂ। ਹਲੇ ਬੱਚੇ ਨੇ ਜੀ, ਉਹਦੇ ਕਰਕੇ ਨਾ। ਅੱਛਾ ਅੱਛਾ, ਠੀਕ ਹੈ ਬਾਈ ਜੀ। ਵੇਚਣ ਵਾਸਤੇ ਤਾਂ ਨਹੀਂ ਗਏ? ਨਹੀਂ ਨਹੀਂ, ਸੌਂਕ ਹੀ ਆ ਵੀ, ਆਉਂਦੇ ਬਥੇਰੇ ਸਾਡੇ ਕੋਲ ਲੈਣ। ਅੱਛਾ, ਸਾਨੂੰ ਸੌਂਕ ਹੀ ਆ ਜੀ। ਅੱਛਾ, ਕਮਾਲ ਦੀ ਗੱਲ ਆ ਵੀ, ਪੰਜਾਬ ਦੇ ਯਾਰ ਤਰਸੇਮ ਉਹੀ ਗੱਲ ਆ ਵੀ, ਆਪਣੀ ਜਿਹੜੀ ਪੰਜਾਬ ਦੇ ਜਿਹੜੇ ਲੋਕ ਨੇ ਨਾ, ਵੱਖਰੇ ਵੱਖਰੇ ਸ਼ੌਂਕ ਪਾਲਦੇ ਨੇ। ਕੋਈ ਕਿਹੜੇ ਜਾਨਵਰ ਪਾਲਦਾ? ਆਧੁਨਿਕ ਬਜ਼ੁਰਗਾਂ ਤੋਂ ਲੈ ਕੇ ਸ਼ੌਂਕ ਆ। ਅੱਛਾ, ਬਜ਼ੁਰਗਾਂ ਤੋਂ ਹੀ ਆਗਾ? ਬਜ਼ੁਰਗਾਂ ਤੋਂ ਹੀ ਸ਼ੌਂਕ, ਹੁਣ ਵੀ ਬਜ਼ੁਰਗ ਨਾਲ ਆਏ ਨੇ, ਬਜ਼ੁਰਗ ਇੰਨਾ ਸ਼ੌਂਕ ਆ ਜੀ। ਅੱਛਾ ਅੱਛਾ, ਕਮਾਲ ਦੀ ਗੱਲ ਆ ਜੀ ਯਾਰ, ਹੈ ਨਾ। ਹਾਂਜੀ ਹਾਂ। ਇਹ ਵੀ ਇਹ ਰਾਖੀ ਵਾਸਤੇ ਨੇ ਜਾਂ ਫਿਰ ਸ਼ੌਂਕ ਦੀ ਹੈ? ਰਾਖੀ ਵੀ ਆ, ਸ਼ੌਂਕ ਵੀ ਆ, ਸ਼ੌਂਕ ਵੀ ਆ, ਸਹੀ ਗੱਲ ਹੈ, ਠੀਕ ਹੈ ਜੀ। ਚੰਗਾ ਬਾਈ ਜੀ, ਬਹੁਤ ਧੰਨਵਾਦ। ਲਓ ਵੀਰੋ, ਗੱਦੀ ਲਓ ਭਰਾ, ਉਹ ਆਹ ਵੀ ਤੁਹਾਨੂੰ ਦਿਖਾਉਂਦੇ ਹਾਂ ਕਿ ਡੋਗ ਬਹੁਤ ਵੱਡਾ, ਲਵੇ ਜਾਣ ਤੋਂ ਵੀ ਡਰ ਲੱਗੀ ਜਾਂਦਾ ਮੈਨੂੰ। ਅਤੇ ਬਾਈ ਨੂੰ ਇੱਕ ਵਾਰ ਪੁੱਛ ਲੈਣਾ ਵੀ ਕਿਤੇ ਵੱਢਦਾ ਤਾਂ ਨਹੀਂਗਾ, ਕਿਤੇ ਆਪਣਾ ਬਾਈ ਜੀ ਵੱਢਦਾ ਤਾਂ ਨਹੀਂ ਲਵਿਆ ਜੀ? ਅੱਛਾ ਅੱਛਾ, ਕਿਉਂਕਿ ਤਰ੍ਹਾਂ ਤਰ੍ਹਾਂ ਦੀਆਂ ਆਪਣੇ ਇਹਦੇ ਵਿੱਚ ਨਸਲਾਂ ਨੇਗੀਆਂ। ਇੱਕ ਤਾਂ ਆਪਾਂ ਹੱਥਾਂ ਦੀ ਚੱਕੀ ਫਿਰਦੇ ਰਹਿੰਦੇਗੇ, ਇੱਕ ਜ਼ਿਆਦਾ ਵਜਨ ਵਾਲੀਆਂ ਨੇਗੀਆਂ ਨਾ, ਜਿਵੇਂ ਆਪਣੇ ਹੁੰਦਾ ਇਹ। ਅਤੇ ਬਾਈ ਸਤਿ ਸ਼੍ਰੀ ਅਕਾਲ। ਕਿਹੜਾ ਪਿੰਡ ਆ ਬਾਈ ਜੀ? ਦਾਊਦਪੁਰ ਜੀ। ਦਾਊਦਪੁਰ ਜੀ, ਕਿਹੜਾ ਜ਼ਿਲ੍ਹਾ? ਲੁਧਿਆਣੀ ਆ ਜੀ। ਲੁਧਿਆਣਾ, ਹਾਂਜੀ। ਤੇ ਡੌਗ ਬਾਰੇ ਦੱਸੋ, ਕਿਹੜੀ ਨਸਲ ਹੈ ਇਹਦੇ ਆਪਣੀ? ਇਹ ਸੈਂਟ ਬਰਨਾਰਡ ਆ ਜੀ। ਸੈਂਟ ਬਰਨਾਰਡ? ਬਰਨਾਰਡ। ਅੱਛਾ, ਕਿੰਨੀ ਕੇਜ ਦਾ ਹੋਊਗਾ ਹੁਣ ਇਹ ਆਪਣਾ? 23 ਮਹੀਨਿਆਂ ਦਾ ਜੀ। ਅੱਛਾ, ਕਦੇ ਤੁਸੀਂ ਇਹਦਾ ਵਜਨ ਵਗੈਰਾ ਜੋਖੇ ਵੀ ਕਿੰਨਾ ਕਹੂਗਾ? ਨਹੀਂ, ਵਜਨ ਨਹੀਂ ਹੋਇਆ। ਅੱਛਾ ਅੱਛਾ, ਕਿੰਨੀ ਉਮਰ ਦੱਸੀ? 23 ਮਹੀਨੇ ਜੀ। 23 ਮਹੀਨੇ? 2 ਸਾਲ ਤੋਂ ਘੱਟ ਹੈ। 2 ਸਾਲ ਤੋਂ ਘੱਟ ਹੈ। ਇਹ ਸ਼ੋਅ 'ਚ ਪਾਉਣਾ ਫਿਰ ਅੱਜ? ਹਾਂਜੀ ਹਾਂਜੀ। ਅੱਛਾ ਅੱਛਾ, ਪਹਿਲਾਂ ਸ਼ੋਅ 'ਚ ਪਾਏ ਨੇ ਕਿਤੇ? ਹਾਂਜੀ ਹਾਂਜੀ। ਕਿਤੇ ਜਿੱਤੇ ਵੀ ਆ? ਹਾਂਜੀ ਹਾਂਜੀ, 5-6 ਸ਼ੋਅ ਜਿੱਤੇ ਆਈ ਪਹਿਲਾਂ। ਅੱਛਾ, ਪਿਛਲੇ ਸਾਲ ਕਿੱਥੋਂ ਕਿੱਥੋਂ? ਜਿਹੜਾ ਆਪਣੇ ਪਟਿਆਲੇ ਹੋਇਆ ਜੀ, ਉੱਥੋਂ ਬੈਸਟ ਰਿਹਾ ਜੀ ਇਹ। ਅੱਛਾ ਅੱਛਾ, ਆਪਣੇ ਜਲੰਧਰ ਤੋਂ ਬੈਸਟ ਰਿਹਾ ਜੀ। ਅੱਛਾ, ਹਾਂਜੀ। ਫਿਰ ਮਤਲਬ ਇਹ ਲਾਇਆ ਨਹੀਂ, ਪਹਿਲਾਂ ਲਾਇਆ ਜੀ ਪਿਛਲੇ ਸਾਲ, ਰਾਜਪੁਰੇ ਤੋਂ ਬੈਸਟ ਦੀਗਾ, ਦਰਾਹੇ ਬੈਸਟ ਦੀ। ਅੱਛਾ ਅੱਛਾ, ਹਾਂਜੀ। ਕਾਫੀ ਫਿਰ ਤਾਂ ਸ਼ੋਅ ਨਾ ਹੋਣੇ। ਇਹਨਾਂ ਦੀ ਹਾਈਟ ਵਗੈਰਾ ਤਾਂ ਨਹੀਂ ਮਿਣਦੇ ਹੁੰਦੇ ਬਾਈ ਜੀ? ਨਹੀਂ ਨਹੀਂ, ਹਾਈਟ ਬਾਰੇ ਤਾਂ ਕੁਛ ਨਹੀਂ, ਜਿਹੜੀ ਹਾਈਟ ਇਹਦੀ ਸਭ ਤੋਂ ਉੱਚੀ ਹੋਆ। ਅੱਛਾ ਅੱਛਾ, ਹਾਂਜੀ, ਠੀਕ ਹੈ। ਦੇਖੋ ਬਾਈ, ਆਪਾਂ ਨੂੰ ਤਰਸੇ ਮੈਂ ਡਰ ਜਿਹਾ ਨਹੀਂ ਲੱਗਦਾ ਹੁੰਦਾ ਯਾਰ, ਜਿਵੇਂ ਆਪਣਾ ਉਹ ਚੀਜ਼ ਹੈਗੀ, ਡਰ ਜਿਹਾ ਲੱਗਦਾ ਵੀ ਬੰਦਾ ਵੀ ਲਵੇ ਨੇ ਆ ਕੇ ਵੱਢ ਲਿਆ ਨਾ। ਲੱਤਾਂ ਬੜੀਆਂ ਮਜ਼ਬੂਤ ਨੇਗੀਆਂ ਇਹਦੀਆਂ ਨਾ। ਇਹ ਮੁੰਡਾ ਸਾਂਭਦਾ ਜੀ ਇਹਨੂੰ। ਅੱਛਾ, ਇਹ ਮੁੰਡਾ ਸਾਂਭਦਾ। ਤੇ ਘਰੇ ਫਿਰ ਕਿੰਨੇ ਵੇਂ ਇਹਦੇ? ਇੱਕੋ ਆ ਜੀ ਇਹ ਸਾਡੇ ਕੋਲ। ਅੱਛਾ, ਇੱਕੋ ਹੀ ਆ ਇਹ? ਹਾਂਜੀ ਹਾਂਜੀ, ਅਸੀਂ ਸ਼ਾਮ ਨੂੰ ਰੱਖਿਆ ਜੀ ਇੱਕੋ। ਕਿੰਨਾ ਟਾਈਮ ਹੋ ਗਿਆ ਇਹਨੂੰ ਰੱਖਿਆ ਆਪਾਂ ਨੂੰ ਫਿਰ? ਇਹ ਤਾਂ ਬਾਈ 2 ਸਾਲ ਦਾ ਹੈ ਹੋਣਾ ਜੀ ਇਹਨੇ। ਅੱਛਾ ਅੱਛਾ, ਹਾਂਜੀ, ਠੀਕ ਹੈ। ਛੋਟੇ ਲਿਆ ਜੀ ਤੁਸੀਂ? ਨਹੀਂ, ਇਹ ਸਾਡੀ ਆਪਣੀ ਘਰ ਦੀ ਬਰੀਡ ਆ ਜੀ। ਅੱਛਾ, ਘਰ ਦੀ ਬਰੀਡ ਆ ਜੀ, ਠੀਕ ਹੈ। ਫਿਰ ਮੀਟਿੰਗ ਵਗੈਰਾ ਵੀ ਦਿੰਦੇ ਹੋਵੋਗੇ? ਹਾਂਜੀ ਹਾਂਜੀ। ਅੱਛਾ, ਰਿਜ਼ਲਟ ਕਿਸ ਤਰ੍ਹਾਂ ਦੇ ਆ ਰਹੇ ਨੇ ਇਹਦੇ? ਵਧੀਆ ਨੇ ਜੀ। ਅੱਛਾ, ਇਹਦੇ 'ਤੇ ਆ ਰਹੇ ਨੇ ਸਵੀਮ? ਹਾਂਜੀ ਹਾਂਜੀ। ਅੱਛਾ, ਠੀਕ ਹੈ ਬਾਈ ਜੀ। ਸੇਲ ਵਾਸਤੇ ਤਾਂ ਨਹੀਂ ਲਿਆਂਦਾ ਕੁਛ? ਨਹੀਂ ਨਹੀਂ ਨਹੀਂ, ਠੀਕ ਹੈ। ਇਹ ਵੀ ਸ਼ੋਅ ਲਈ ਲਿਆਉਂਦੇ ਆ। ਇੱਕ ਵਾਰੀ ਇੱਧਰ ਨੂੰ ਭਜਾ ਕੇ ਦਿਖਾ ਦਾਂਗਾ ਮੁੰਡਾ। ਲੈ ਵੀਰੇ, ਮੁੰਡਾ ਭਜਾ ਕੇ ਦਿਖਾ ਦੇ ਘਰੇ। ਜਿਵੇਂ ਬਾਈ ਜੀ ਤੁਸੀਂ ਰੱਖ ਦਿਓਗੇ ਇਹਨੂੰ, ਇਹ ਵਗੈਰਾ ਵੱਢਦਾ ਤਾਂ ਨਹੀਂ? ਬੱਚੇ ਵਗੈਰਾ ਹੁੰਦੇ ਘਰੇ? ਅੱਛਾ, ਉੱਪਰੇ ਬੰਦੇ ਨੂੰ ਤਾਂ ਭੌਂਕਦੇ ਉੱਪਰ? ਹਾਂਜੀ, ਉੱਪਰੇ ਨੂੰ ਤਾਂ ਫਿਰ ਮਾਣ ਮੱਟਾ ਕਰੂਗੇ। ਅੱਛਾ ਅੱਛਾ, ਠੀਕ ਹੈ। ਲੈ ਬਾਈ, ਉਹ ਦੁਬਾਰੇ ਨਾਮ ਦੱਸਿਓ ਬਾਈ ਇਹਦਾ ਕੀ ਸੀ?
कमाल की गल है भी तरह तरह मतलब कि इतने ब्रीडा मिलदिया ने गां इन्हें डॉग के भी अगे चल दें वीरो आप लो वीरो दिखाने तू एक अजीब जा डॉग पुछांगे मेल आ या फीमेल आदि बारे भी पुछांगे तो गलबात करांगे। सत श्री अकाल जी। सत श्री अकाल जी। ओ ठीक ठाक हो? बहुत वधिया। अच्छा अच्छा तो मैनू ये बारे दसो भी ये मेल है या फीमेल है? ये जी ब्लैक शिडजू मेल है तकरीबन 6 महीने का ये। अच्छा शिडजू कहने नूं आपां शिडजू है शिडजू के कलर आते हैं कई जी तो उन्होंने ये रेयर कलर है ब्लैक इंडिया ਦੇ ਵਿੱਚ ਇਸ ਟਾਈਮ ਰੇਅਰ ਹੈ ਥੋੜਾ ਜਿਹਾ ਘੱਟ ਮਿਲਦੇ ਨੇ ਘੱਟ ਮਿਲਦੇ ਆ ਹਾਂ ਤੇ ਮੇਲ ਹੈ ਜੀ ਇਹ ਠੀਕ ਹੈ ਤੇ ਬਾਈ ਬੜਾ ਇਹਨੂੰ ਮਤਲਬ ਕਿ ਹਾ ਸ਼ਿੰਗਾਰੀਆਂ ਦਾ ਬਾਲ ਵਾਹੀ ਦਾ ਤੜਕੇ ਤਾਂ ਲੱਗਾ ਮੈਨੂੰ ਲੱਗਦਾ ਬਾਈ ਦਾ ਪੂਰਾ ਦਿਨ ਇੱਥੇ ਲੰਘਦਾ ਹੋਊਗਾ ਹਾਂਜੀ ਹਾਂਜੀ ਤੇ ਬਾਈ ਨੂੰ ਪੁੱਛਦੇ ਆ ਨਾ ਇਹਦੇ ਬਾਲਾਂ ਦੀ ਕੇਅਰ ਕਾਫੀ ਜ਼ਿਆਦਾ ਹੈ ਜੀ ਅੱਛਾ ਇਹ ਅਸੀਂ ਮੇਨਟੇਨ ਕਰਦੇ ਹਾਂ ਦੋਵੇਂ ਜਾਣੇ ਮਿਲ ਕੇ ਇਹਦੇ ਇਸ ਟਾਈਮ ਇਹਨੂੰ ਸ਼ੋਅ ਵਾਸਤੇ ਲੈ ਕੇ ਆਏ ਆ ਇੱਥੇ ਰਿੰਗ ਦੇ ਵਿੱਚ ਉਤਾਰਨਾ ਇਹਨੂੰ ਅੱਛਾ ਰਿੰਗ 'ਚ ਉਤਾਰਨਾਗਾ ਇਹਦੇ ਬਾਲਾਂ ਦੀ ਕੇਅਰ ਹੈ ਕਾਫੀ ਜ਼ਿਆਦਾ ਪ੍ਰੋਡਕਟ ਵਗੈਰਾ ਲਾਣੇ ਪੈਂਦੇ ਨੇ ਕਾਫੀ ਅੱਛਾ ਅੱਛਾ ਫਿਰ ਇਹ ਤਿਆਰ ਹੁੰਦੀ ਹੈ ਜੀ ਕੀ ਬਾਤ ਹੈ ਪਹਿਲਾ ਸ਼ੋਅ ਲਾਏ ਨੇ ਆਪਾਂ ਇਹਦੇ ਨਾਲ ਹਾਂਜੀ ਹਾਂ ਇਹਦਾ ਇਹ ਚੌਥਾ ਸ਼ੋਅ ਹੋਏਗਾ ਇਹਦਾ ਇਹ ਠੀਕ ਹੈ ਕਿਸ ਤਰ੍ਹਾਂ ਰਿਹਾ ਪਹਿਲਾਂ ਵਾਲੇ ਸ਼ੋਅਾਂ 'ਚ ਪਹਿਲਾਂ ਵਾਲੇ ਸ਼ੋਅਾਂ 'ਚ ਆ ਪਿੱਛੇ ਪਟਿਆਲੇ ਸ਼ੋਅ ਲੰਘਿਆ ਸੀ ਉਹਦੇ ਵਿੱਚ ਇਹਦਾ ਗਰੁੱਪ ਲੱਗਿਆ ਸੀਗਾ ਸੀਸੀ ਲੱਗੀ ਸੀਗੀ ਠੀਕ ਹੈ ਜੀ ਇਹ ਇਹਦਾ ਵਧੀਆ ਰਿਹਾ ਸ਼ੋਅ ਠੀਕ ਹੈ ਮਤਲਬ ਕਿ ਫਸਟ ਆਇਆ ਸੀ ਵਿਨਰ ਰਹੇ ਹਾਂਗੇ ਵਿਨਰ ਰਿਹਾ ਜੀ ਸੀਸੀ ਦੇ ਵਿੱਚ ਫਸਟ ਆ ਠੀਕ ਹੈ ਸੀਸੀ ਲੱਗੀ ਆ ਤੇ ਗਰੁੱਪ ਲੱਗਿਆ ਠੀਕ ਹੈ ਜੀ ਤੇ ਇਹਦੇ ਬਾਰੇ ਦੱਸੋਗੇ ਵੀ ਕਿੰਨਾ ਕੁ ਤੁਹਾਡਾ ਸਮਾਂ ਇਹ ਲੈਂਦਾਗਾ ਸਾਰਾ ਦਿਨ ਦਾ ਇਹ ਤਕਰੀਬਨ ਜੀ ਇੱਕ ਦਿਨ ਦੇ ਵਿੱਚ 2-2.5 ਘੰਟੇ ਲੈਂਦਾ ਸਾਡੇ ਜੀ ਸਵੇਰੇ ਤੇ ਸ਼ਾਮ ਦਾ ਟਾਈਮ ਮਿਲਾ ਕੇ ਘੰਟਾ ਕੁ ਸਵੇਰੇ ਮੰਨ ਲਓ ਡੇਢ ਘੰਟਾ ਸ਼ਾਮ ਨੂੰ ਮੰਨ ਲਓ ਇੰਨਾ ਕੁ ਟਾਈਮ ਇਹ ਲੈਂਦਾ ਸਾਡਾ ਠੀਕ ਹੈ ਜੀ ਫਿਰ ਇਹ ਤਾਂ ਮੈਨੂੰ ਲੱਗਦਾ ਜੇ ਆ ਉਹਨੇ ਨਾ ਬੰਨਿਓ ਫਿਰ ਤਾਂ ਇਹਦੇ ਸਾਰੇ ਮੂੰਹ ਹੀ ਲੁਕ ਜਾਣਾ ਹਾਂਜੀ ਹਾਂ ਇਹਨੂੰ ਫਿਰ ਦਿਖਦਾ ਨਹੀਂ ਹੈਗਾ ਜੀ ਇਹਦੇ ਵਾਲ ਅੱਗੇ ਆ ਜਾਂਦੇ ਨੇ ਠੀਕ ਹੈ ਵਾਲਾਂ ਦੀ ਕੇਅਰ ਤਾਂ ਹੈਗੀ ਆ ਇਹਦੀ ਬਸ ਵਾਲਾਂ ਦੀ ਕੇਅਰ ਹੀ ਜ਼ਿਆਦਾ ਆ ਇਹਦੀ ਤੇ ਕਿੰਨੇ ਕੁ ਆਪਣੀ ਉਮਰ ਦੀ ਹੋਊਗੀ ਹੁਣ ਇਹ ਆਪਣੀ ਫੀਮੇਲ ਇਹ 6 ਮਹੀਨੇ ਦੀ ਮੇਲ ਆ ਜੀ ਇਹ 6 ਮਹੀਨੇ ਅੱਛਾ ਮੇਲ ਹੈ ਮੇਲ ਹੈ ਜੀ ਮੇਲ ਹੈ 6 ਮਹੀਨੇ ਦਾ ਲਓ ਬਾਈ ਦੇਖ ਸਕਦੇ ਹੋਗੇ ਸੀਆਰਵੀ ਤੇ ਐਲਨ ਦਾ ਕੰਬੀਨੇਸ਼ਨ ਆ ਜੀ ਇਹਦੇ ਮਦਰ ਫਾਦਰ ਦੋ ਹੀ ਇੰਪੋਰਟ ਨੇ ਅੱਛਾ ਅੱਛਾ ਤੇ ਇਹਦਾ ਫਾਦਰ ਹੈ ਜੋ ਉਹ ਵੀ ਇੰਪੋਰਟ ਹੈ ਮਦਰ ਇਹਦੀ ਮਦਰ ਹੈ ਜੋ ਉਹ ਸੀਆਰਵੀ ਦੀ ਡਾਟਰ ਹੈ ਸੀਆਰਵੀ ਜੋ ਬੋਏ 69 ਉਹ ਚੈਂਪੀਅਨ ਵੀ ਹੈ ਤੇ ਇੰਪੋਰਟ ਵੀ ਹੈ ਇਹ ਮਤਲਬ ਕਿ ਆਪਾਂ ਨੇ ਫਿਰ ਸ਼ੋਅ ਵਾਸਤੇ ਰੱਖੇ ਨੇ ਸ਼ੋਅ ਵਾਸਤੇ ਰੱਖੇ ਹੋਏ ਨੇ ਠੀਕ ਹੈ ਆਪਾਂ ਨੇ ਫਿਰ ਕੰਮ ਹੈ ਸਾਡਾ ਸਿੰਘ ਖਾਲਸਾ ਚੈਨਲ ਹੈ ਸੰਗਰੂਰ ਤੋਂ ਠੀਕ ਹੈ ਜੀ ਸਿੰਘ ਖਾਲਸਾ ਚੈਨਲ ਸੰਗਰੂਰ ਤੋਂ ਤੇ ਬਹੁਤ ਵਧੀਆ ਲੱਗਿਆ ਇਹਨਾਂ ਨਾਲ ਮਿਲ ਕੇ ਤੇ ਇਦਾਂ ਹੀ ਬੈਠਾ ਰਹਿੰਦਾ ਫਿਰ ਹਾਂਜੀ ਹਾਂ ਇਹ ਟ੍ਰੇਨਡ ਹੈ ਪੂਰਾ ਅੱਛਾ ਕਮਾਲ ਕੀ ਨਾਮ ਨਾਲ ਬੁਲਾਉਂਦੇ ਫਿਰ ਇਹਨੂੰ ਇਹਨੂੰ ਇਹ ਹੈਗਾ ਮਿਸਟਰ ਹਾਰਲੇ ਮਿਸਟਰ ਹਾਰਲੇ ਕੀ ਬਾਤ ਹੈ ਦੇਖ ਸਕਦੇ ਹੋ ਬਾਈ ਇਹ ਫਿਰ ਵੱਢਦਾ ਵਗੈਰਾ ਤਾਂ ਨਹੀਂ 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 ਟੋਇ ਬਰੀਡ ਹੈ ਜੀ ਲਵਲੀ ਬਰੀਡ ਹੈ ਬੜੀ ਫੈਮਿਲੀ ਬਰੀਡ ਹੈ ਐਡਜਸਟ ਹੋ ਜਾਂਦੀ ਹੈ ਬੜੇ ਅੱਛੇ ਤਰੀਕੇ ਨਾਲ ਫੈਮਿਲੀ 'ਚ ਜੀ ਲੇਡੀਜ਼ ਦੀ ਇਹ ਪਹਿਲੀ ਪਸੰਦ ਹੈ ਸ਼ਿਡਜੂ ਬਰੀਡ ਹੈ ਜੋ ਅੱਛਾ ਲੇਡੀਜ਼ ਇਹਨੂੰ ਬਹੁਤ ਜ਼ਿਆਦਾ ਪਸੰਦ ਕਰਦੀਆਂ ਨੇ ਇਹ 'ਚ ਕਲਰ ਹੋਰ ਵੀ ਆਉਂਦੇ ਨੇ ਵੀ ਜਿਵੇਂ ਇਹਦੇ ਵਿੱਚ ਟ੍ਰਾਈ ਕਲਰ ਆਉਂਦਾ ਜੀ ਬਲੈਕ ਐਂਡ ਵਾਈਟ ਕਲਰ ਆਉਂਦਾ ਗੋਲਡਨ ਵਿਦ ਬਲੈਕ ਮਾਸਕ ਕਲਰ ਆਉਂਦਾ ਜੀ ਅੱਛਾ ਅੱਛਾ ਜੀ ਲੀਵਰ ਕਲਰ ਆਉਂਦਾ ਕਲਰ ਕਾਫੀ ਜ਼ਿਆਦਾ ਆਉਂਦੇ ਨੇ ਇਹਦੇ ਵਿੱਚ ਕੀ ਬਾਤ ਹੈ ਜੀ ਕਮਾਲ ਅੱਛਾ ਖਰਾਬ ਹੋ ਜਾਂਦਾ ਠੀਕ ਹੈ ਕੀ ਬਾਤ ਮਿਹਨਤ ਕਰੀ ਹੋਈ ਹੈ ਚਲੋ ਬਾਈ ਨੇ ਮਿਹਨਤ ਕਰੀ ਮੈਂ ਥੋੜਾ ਜਿਹਾ ਖਿਲਾਰਤੇ ਸੀਗੇ ਨਹੀਂ ਨਹੀਂ ਕੋਈ ਗੱਲ ਨਹੀਂ ਵੈਲਕਮ ਤੁਹਾਡਾ ਬਹੁਤ ਧੰਨਵਾਦ ਤੁਹਾਡਾ ਠੀਕ ਠੀਕ ਹੈ ਜੀ ਤੇ ਇੱਕ ਵਾਰ ਖੜਾਉਂਗੇ ਨੂੰ ਵੀ ਦਿਖਾ ਦਈਏ ਵੀ ਇਹ ਕਿਸ ਤਰ੍ਹਾਂ ਖੜਦਾ ਤਰਲੇ ਸਟੈਂਡ ਲੈ ਪੂਰੀ ਸਮਝਦਾ ਵਾ ਗੱਲਬਾਤ ਹਾਂਜੀ ਹਾਂ ਸਟੈਂਡ ਹੈ ਸਮਝਦਾ ਗੱਲਬਾਤ ਸਿੱਟ ਕਹੋਗੇ ਤਾਂ ਸਿੱਟ ਵੀ ਹੁੰਦਾ ਸਟੈਂਡ ਕਹੋਗੇ ਤਾਂ ਸਟੈਂਡ ਵੀ ਹੋ ਜਾਂਦਾ ਅੱਛਾ ਅੱਛਾ ਪੋਜੀਸ਼ਨ ਲੈ ਲੈਂਦਾ ਆਪਣੀ ਪੋਜੀਸ਼ਨ ਲੈ ਲੈਂਦਾ ਲੈ ਵੀਰ ਸੇਮ ਦਿਖਾ ਦੇ ਆਪਣਾ ਸਟੈਂਡ ਹਾਰਲੇ ਹਾਰਲੇ ਮਿਸਟਰ ਹਾਰਲੇ ਇਹ ਹੈ ਮਿਸਟਰ ਹਾਰਲੇ ਬਾਈ ਮੁੱਛਾਂ ਵਗੈਰਾ ਤੁਸੀਂ ਪੂਰੀਆਂ ਵਧੀਆ ਬਣਾ ਕੇ ਰੱਖੀ ਹੋਣੇ ਹਾਂ ਜੀ ਠੀਕ ਹੈ ਦਾੜੀ ਵਾਲੇ ਘੱਟ ਹੈ ਮੁੱਛਾਂ ਪੂਰੀਆਂ ਕਾਇਮ ਨਹੀਂ ਹੈ ਨਾ ਸਹੀ ਗੱਲ ਹੈ ਅਤੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਹੈ ਸੋ ਭਰਾਵੋ ਵੀਡੀਓ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਹੁਣ ਆਪਾਂ ਤੁਹਾਡੇ ਲਈ ਡੌਗ ਸ਼ੋਅ ਵੀ ਲਗਾਉਂਦੇ ਰਹਾਂਗੇ ਵੀਡੀਓ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ ਪਿਆਰ ਦਿੰਦੇ ਰਹਿਣਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਮਿਲਾਂਗੇ ਨਵੀਂ ਵੀਡੀਓ ਲੈ ਕੇ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਠੀਕ ਠਾਕ